ਝੂਠ ਨੇ ਤਾਂ ਝੂਠ ਹੀ ਰਹਿਣਾ ਹੈ ਕਿ ਨਹੀਂ? ਬੜਾ ਵੱਡਾ ਵਾਅਦਾ ਕੀਤਾ ਸੀ ਵੋਟਾਂ ਤੋਂ ਪਹਿਲਾਂ, ਅਤੇ ਲੋਕਾਂ ਨੇ 2.5 ਸਾਲ ਉਹਨਾਂ ਦੀ ਸਰਕਾਰ ਨੂੰ ਵੇਖਿਆ। ਮੈਂ ਤਾਂ ਸਿਰਫ ਉਹ ਗੱਲ ਕਰੂੰਗੀ ਜੋ ਪ੍ਰੈਕਟੀਕਲੀ ਵੇਖ ਰਹੇ ਹਾਂ, ਮਿਲਿਆ ਨਹੀਂ, ਫਿਊਚਰ 'ਚ ਕੀ ਹੋਣਾ ਹੈ। ਮਗਰ 2.5 ਸਾਲ ਲੋਕਾਂ ਨੇ ਝੂਠ ਵੇਖਿਆ, ਅੱਗੇ ਤਾਂ ਮੈਨੂੰ ਪਤਾ ਨਹੀਂ, ਮੈਨੂੰ ਨਹੀਂ ਕੋਈ ਉਮੀਦ ਇਸ ਤਰ੍ਹਾਂ ਦਾ। ਪ੍ਰਧਾਨ ਮੰਤਰੀ ਵੀ ਆ ਰਹੇ ਨੇ, ਕਿਤੇ ਨਾ ਕਿਤੇ ਵੱਡੇ ਐਲਾਨ ਦੀ ਗੱਲ ਕਹੀ ਆ ਰਹੀ ਹੈ, ਕਿਤੇ ਨਾ ਕਿਤੇ ਕਿਸਾਨਾਂ ਦੇ ਵਿੱਚ ਵੀ ਰੋਸ਼ ਹੈ ਇਸ ਗੱਲ ਦਾ। ਭਾਜਪਾ ਨੇ ਮਗਰਲੇ 10 ਸਾਲਾਂ 'ਚ ਇਕੱਲੇ ਐਲਾਨ ਹੀ ਤਾਂ ਕੀਤੇ, ਹੋਰ ਕੀ ਕੀਤਾ? ਅਤੇ ਅਸੀਂ ਯੂਜ਼ ਟੂ ਹਾਂ ਇਹਨਾਂ ਐਲਾਨਾਂ ਦੇ। ਲੋਕ ਬੜੇ ਸਿਆਣੇ ਹੈ, ਬੜੇ ਸਮਝਦਾਰ ਹੈ, ਕੋਈ ਪ੍ਰਧਾਨ ਮੰਤਰੀ ਜੀ ਦੀਆਂ ਗੱਲਾਂ 'ਚ ਨਹੀਂ ਆਉਣ ਲੱਗਿਆ, ਭਾਵੇਂ ਉਹ ਪੁਰਾਣੀ ਸਾਰੀ ਕੈਬਨਿਟ ਨਾਲ ਲਿਆਉਣ, ਕੋਈ ਅਸਰ ਨਹੀਂ ਹੋਣ ਲੱਗਿਆ ਲੁਧਿਆਣਾ 'ਤੇ। ਮੈਮ, ਪ੍ਰਵਾਸੀ ਬਹੁਤ ਵੱਡੀ ਗਿਣਤੀ 'ਚ ਰਹਿੰਦੇ ਆ, ਬਿਲਕੁਲ ਕੀ ਕਹਿ ਰਹੇ ਹੋ? ਜੋ ਸੁਖਪਾਲ ਖਹਿਰਾ ਨੇ ਬਿਆਨ ਦਿੱਤਾ ਬੜਾ ਹੀ ਮੰਦਭਾਗਾ ਹੈਗਾ, ਉਸ ਨੂੰ ਲੈ ਕੇ ਲਗਾਤਾਰ ਪ੍ਰਧਾਨ ਮੰਤਰੀ ਵੀ ਸਟੇਜਾਂ ਤੋਂ ਜਿਹੜਾ ਪ੍ਰਚਾਰ ਕਰ ਰਹੇ ਆ ਕਾਂਗਰਸ ਦੇ ਖਿਲਾਫ। ਪ੍ਰਧਾਨ ਮੰਤਰੀ ਜੀ ਕੋਲ ਕੋਈ ਮੁੱਦਾ ਨਹੀਂ, ਪ੍ਰਧਾਨ ਮੰਤਰੀ ਜੀ ਅਤੇ ਸਾਰੀ ਭਾਜਪਾ ਸਾਨੂੰ ਇੱਕ ਚੀਜ਼ ਦੱਸਦੇ ਕਿ ਮਗਰਲੇ 10 ਸਾਲਾਂ ਦੇ ਵਿੱਚ ਅਸੀਂ ਪੰਜਾਬ ਦੇ ਲੋਕਾਂ ਨੂੰ ਦਿੱਤਾ ਕੀ ਹੈ। ਸਰਕਾਰ ਦਾ ਫਰਜ਼ ਇਹ ਹੁੰਦਾ ਲੋਕਾਂ ਦੀ ਸੁਵਿਧਾ ਲਈ ਕਰਨਾ, ਲੋਕਾਂ ਨੂੰ ਇੰਪਲੋਇਮੈਂਟ ਦੇਣੀ, ਸਾਡੇ ਸਰਕਾਰ ਦੀ GDP, ਸਾਡੇ ਦੇਸ਼ ਦੀ GDP ਨੂੰ ਇੱਕ ਨਵੇਂ ਸਿਖਰਾਂ 'ਤੇ ਲੈ ਕੇ ਜਾਣਾ। ਮੈਨੂੰ ਇੱਕ ਚੀਜ਼ ਦੱਸ ਦਿਓ, ਸਾਡੇ ਕਿਸਾਨ ਵਿਚਾਰਾ ਜਿਹੜਾ ਸਾਰੀ ਦੁਨੀਆ ਨੂੰ ਰਜਾਉਂਦਾ ਹੈ, ਉਹਨੂੰ ਸੜਕਾਂ 'ਤੇ ਭੁੱਖੇ ਮਰਨ ਦੇ ਲਈ ਉਹਨੂੰ ਉਹਦੇ 'ਤੇ ਸਰਕਾਰ ਨੇ ਗੋਲੀਆਂ ਚਲਾ ਕੇ ਨਿਹੱਥਿਆਂ ਨੂੰ ਮਾਰਤਾ, ਮੈਨੂੰ ਸਰਕਾਰ ਇਸ ਗੱਲ ਦਾ ਜਵਾਬ ਦੇਵੇ, ਕੀਤਾ ਕੀ ਹੈ? ਸਾਡੀ ਲੁਧਿਆਣੇ ਦੀ ਇੰਡਸਟਰੀ ਕਿਹੜੇ ਸਿਖਰਾਂ 'ਤੇ ਅਸੀਂ ਕਿੱਥੇ ਲਿਆ ਕੇ ਖੜੀ ਕਰਤੀ? ਟੈਕਸ ਟੈਰੋਰਿਜ਼ਮ ਦਾ ਜ਼ਮਾਨਾ ਆ ਗਿਆ, ਕਿਹੜੀਆਂ ਬੁਲੰਦੀਆਂ ਦੀ ਸਾਡੇ PM ਸਾਹਿਬ ਗੱਲ ਕਰਦੇ ਆ, ਸਮਝ ਨਹੀਂ ਆਉਂਦਾ। ਮੈਂ ਮਹਿਲਾਵਾਂ ਦੀ ਗੱਲ ਕਰਦੇ ਹੋ, ਪਰ ਉੱਥੇ ਦੂਜੇ ਪਾਸੇ ਤੁਹਾਡੇ ਲੁਧਿਆਣਾ ਦੀ ਜ਼ਿਲ੍ਹਾ ਕਾਂਗਰਸ ਦੀ ਪ੍ਰਧਾਨ BJP 'ਚ ਸ਼ਾਮਿਲ ਹੋ ਗਈ ਜਾ ਕੇ। ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ? ਕੋਈ ਫਰਕ ਨਹੀਂ ਪੈਂਦਾ। ਮੈਮ, ਰਵਨੀਤ ਬਿੱਟੂ ਨੇ ਸਵਾਲ ਚੁੱਕੇ ਨੇ, ਕਹਿੰਦੇ ਕਿ ਵੜਿੰਗ ਸਾਹਿਬ ਦੀ ਵੋਟ ਲੁਧਿਆਣੇ ਦੀ ਨਹੀਂ ਹੈਗੀ, ਉਹ ਕਿਸ ਹਿਸਾਬ ਨਾਲ ਲੁਧਿਆਣੇ ਦੇ ਲੋਕਾਂ ਦੇ ਨਾਲ ਵਿਚਰੇ ਨੇ, ਕੀ ਲੱਗਦਾ? ਮੈਂ ਤਾਂ ਬਿੱਟੂ ਵੀਰ ਜੀ ਨੂੰ ਇੱਕ ਗੱਲ ਕਹੂੰਗੀ, ਵੇਖੋ ਮੇਰੇ ਤਾਂ ਵੱਡੇ ਭਰਾ ਹੈ, ਪਰ ਮੈਂ ਬਿੱਟੂ ਵੀਰ ਜੀ ਨੂੰ ਇੱਕ ਨਾ ਹੱਥ ਬੰਨ ਕੇ ਬੇਨਤੀ ਕਰੂੰਗੀ ਕਿ ਮੇਰੇ ਵੱਡੇ ਵੀਰ, ਪਲੀਜ਼ ਜਾਣ ਦੀ ਤਿਆਰੀ ਕਰ ਲਓ, ਸਮਾਂ ਆ ਗਿਆ। ਮੇਰੀ ਗੱਲ ਸੁਣੋ, ਜੋ ਇਸ ਗੱਲ ਇਹ ਸਾਡੇ ਵਾਸਤੇ ਬਹੁਤ ਮੰਦਭਾਗਾ ਸੀ, ਮੇਰੀ ਤਾਂ ਉਮਰ ਹੀ ਉਦੋਂ 3 ਸਾਲ ਸੀ, ਅਤੇ ਸਰਦਾਰ ਮਨਮੋਹਨ ਸਿੰਘ ਜੀ ਨੇ ਪ੍ਰਧਾਨ ਮੰਤਰੀ ਹੋਣ ਦੇ ਤੌਰ 'ਤੇ ਪਾਰਲੀਮੈਂਟ ਦੇ ਵਿੱਚ ਖੜ੍ਹ ਕੇ ਇਸ ਚੀਜ਼ ਲਈ ਅਪੋਲੋਜਾਈਜ਼ ਕੀਤਾ ਸੀ। ਦੇਖੋ, ਇਹ ਦਿਲਾਂ ਦਾ ਦਰਦ ਹੈ, ਇਹਨੂੰ ਵਾਰ ਵਾਰ ਜਦੋਂ ਵੋਟਾਂ ਆ ਜਾਂਦੀਆਂ ਇਹਨੂੰ ਛੇੜਨ ਲੱਗ ਪੈਂਦੇ ਆ। ਮੈਨੂੰ ਇਹ ਦੱਸੋ ਕਿ ਪ੍ਰਧਾਨ ਮੰਤਰੀ ਜੀ ਨੇ ਕੀਤਾ ਕੀ, ਦੇਸ਼ ਲਈ ਕੀ ਕੀਤਾ? ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਸਾਡੇ ਭਗਵਾਨ ਸ਼੍ਰੀ ਰਾਮ ਨੂੰ ਵਰਤ ਰਹੇ ਆ, ਵੋਟਾਂ ਵਾਸਤੇ ਵਰਤ ਰਹੇ ਹੈ। ਮੈਂ ਪਰ ਦੱਸਣਾ ਚਾਹੁੰਦੀ ਹਾਂ ਸਾਰੀ ਭਾਜਪਾ ਵਾਲਿਆਂ ਨੂੰ, ਜਿੰਨੀ ਮਰਜ਼ੀ ਰਾਜਨੀਤੀ ਕਰ ਲਓ, ਰੱਬ ਦੇ ਨਾਂ 'ਤੇ ਵੋਟ ਨਹੀਂ ਪੈਣੀ ਤੁਹਾਨੂੰ। ਪੰਜਾਬ 'ਚ ਇੰਨੀ ਜਨਸੰਖਿਆ, ਮਹਿਲਾਵਾਂ ਦੀ ਆ, ਮਹਿਲਾਵਾਂ ਨੂੰ ਆਪਣੇ ਹੱਕ 'ਚ ਕਰਨ ਲਈ ਕਿਸ ਤਰ੍ਹਾਂ ਦੀ ਵਿਊਥ ਬਣਦੀ ਹੈ? ਅਸੀਂ ਮਹਿਲਾਵਾਂ ਨੂੰ ਹੱਕ 'ਚ ਨਹੀਂ ਕਰ ਰਹੇ, ਇਹ ਗਲਤ ਗੱਲ ਹੈ। ਜੋ ਕਰਨਾ ਚਾਹੀਦਾ ਉਹ ਬਣਦਾ ਹੱਕ ਹੈ, ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਹੜਾ ਕਿਸੇ ਸਰਕਾਰ ਨੇ ਅੱਜ ਤੱਕ ਨਹੀਂ ਕੀਤਾ। 50% ਨੌਕਰੀਆਂ ਦੇ ਵਿੱਚ ਹਿੱਸੇਦਾਰੀ ਔਰਤਾਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਾਂਗਰਸ ਪਾਰਟੀ, ਔਰ ਜਿਵੇਂ ਹੀ ਤਾਕਤ ਵਿੱਚ ਆਊਗੀ ਤੁਸੀਂ ਦੇਖੋਗੇ ਦੁਨੀਆ ਦੇ ਕਿਸੇ ਦੇਸ਼ ਦੇ ਵਿੱਚ ਇਹ ਕਾਨੂੰਨ ਨਹੀਂ ਹੈਗਾ ਜੋ ਸਾਡੇ ਦੇਸ਼ ਦੇ ਵਿੱਚ ਬਣੂਗਾ। ਧੰਨਵਾਦ। ਪਿੱਤਲ ਨੂੰ ਤੇ ਹੀਰੇ ਨੂੰ ਰਲਾਓ ਨਾ। ਆਮ ਆਦਮੀ ਪਾਰਟੀ ਦਾ ਕਾਂਗਰਸ ਪਾਰਟੀ ਦੇ ਨਾਲ ਕੋਈ ਮੁਕਾਬਲਾ ਨਹੀਂ। ਇੱਕ ਪਾਰਟੀ 150 ਸਾਲ ਪੁਰਾਣੀ ਹੈ, ਦੇਸ਼ ਨੂੰ ਆਜ਼ਾਦ ਕਰਾਇਆ, ਦੇਸ਼ ਨੂੰ ਇੱਥੋਂ ਤੱਕ ਪਹੁੰਚਾਉਣ ਦੇ ਵਿੱਚ ਕੱਲੀ ਕਾਂਗਰਸ ਪਾਰਟੀ ਦਾ ਯੋਗਦਾਨ ਹੈ। ਭਾਜਪਾ ਨੇ ਮਗਰਲੇ 10 ਸਾਲਾਂ 'ਚ ਕੁਛ ਨਹੀਂ ਕੀਤਾ, ਝਾੜੂ ਵਾਲਿਆਂ ਨੇ 2.5 ਸਾਲਾਂ ਦੇ ਵਿੱਚ ਲਾਰੇ ਲਾਉਣ ਤੋਂ ਬਿਨਾਂ ਕੁਛ ਨਹੀਂ ਕੀਤਾ। ਪੰਜਾਬ ਦੀ ਗੱਲ ਕਰੋ।